खड़े हैं, ला दें। सत श्री अकाल दोस्तों, अज आप खड़े हैं काले की मंडी से। तो भाई जोड़े डॉग लैके आए हैं, बच्चे है छोटे छोटे, गलबात करते हैं कि नसल के आ सेल वास्ते लैके आए, तो कि चर बाइयों हो गया काम करद, सारी डिटेल लवेंगे। तो जो वीडियो एंड तक वेखो, वीडियो नॉलेजफुल इंट्रस्टिंग होने वाली है। सत श्रीकाल भाई जी। सत श्रीकाल भाई। कि एरिया भाई? अपना पटियाला जिला जी, पिंड लगड़ू जी। जी ये भाई जेडे बच्चे है, फिर ये किन्ने किन्ने चर दे, कि नसल के? ये मेरे रशियन गद्दी बच्चे ने। ठीक है। एक महीना दस दिन ने जी। तो कि चिर हो गया बी आप ये काम कर दें? दो साल तो कम कर रहे जी। ठीक है। जी आप बी इन्होंने माँ बाप की डिटेल की गल करिए। अपने लवे ने जी, माँ बाप को ही है थोड़े जी। ठीक है। ये जाने की कुल मिला के सारी वधिया गरंटी होगी? हाँ जी, हाँ जी। अच्छा, की होंगे इन्होंने गद्दी की पछाण, मैंने दसोंगे की होगी? बी गद्दी फर होंगी है। ठीक है। बौन मोटा हों, लत्त मोटी होंगे ने। ठीक है। पूछ पाछ बाकी माँ बाप की क्वालिटी जैसा, माँ बाप माँ बाप के माँ बाप सिरा ने उन्हें गांव पता डिटेल कुछ केड़ी लाइन चो? हां केड़ी लाइन? ओ शेरू लाइन सी। ठीक है। ओदी बच्ची है डायरेक्ट? अच्छा। ते प्यो? प्यो दा नहीं पता जी ओदे बारे, शेरू दी बच्ची है जी। प्यो? हां ठीक है। शेरू ओदे नूं, प्यो नूं। ठीक है। ए सारे इक्को दे बच्चे? इक्को दे ने भाई। एही बच्चे सेल करदे हो जां कोई होर भी बच्चे हैगा करे? एही ने बस भाई, खास करके गद्दी दा ही काम? गद्दी दी काम। ठीक है। मन के चलो भाई अज तां तुसीं इत्थे लैके आए आ, जे अगे पिछे जे किसी बंदे नूं लोड़ आ जां तुहानूं घरों थोड़े लैणा चाहुंदा तां वी मिल जाणगे? मिल जाणगे भाई। के माड़ा लोकेशन दस्सो आपदी, कित्थे पै गए? अपना पिंड लगड़ू जी, जिला पटियाला जी। जी तहसील पटियाला। ठीक है। समाणा रोड ते पिंड आ जी अपना। ठीक है। पटियाले तों समाणा रोड जा रहे जिहड़ा। ठीक है। ओह रोड ते पिंड आ। ए तो चल होगी भाई डिटेल गल भी, ये थोड़े कोले सी जां कोई बंदा होर कहिंदा होवे भी, मन के चलो यार मेरे कोले भी गद्दी हैगे आ जां मेरे कोले जर्मन शैफर्ड हैगे आ, ਉਹਨਾਂ ਤੋਂ ਵੀ ਤੁਸੀਂ ਲੈ ਲੈਣੇ ਕਿ ਤੁਸੀਂ ਆਪਦੇ? ਨਹੀਂ ਨਹੀਂ ਆਪਣੀ ਬ੍ਰੀਡ ਵੇਦੇ ਜੀ ਆਪਦੀ। ਹਾਂਜੀ। ਮੰਨ ਗਿਆ ਵੀ ਆਪਦੀ ਚੀਜ਼ ਦੀ ਗਰੰਟੀ ਹੁੰਦੀ ਹੈ, ਆਪਣੀ ਚੀਜ਼ ਦੀ ਗਰੰਟੀ ਹੈ, ਦੂਸਰੀ ਚੀਜ਼ ਦੀ ਗਰੰਟੀ ਹੈ। ਹਾਂ ਠੀਕ ਹੈ। ਇਹ ਕੀ ਰੇਟ ਰੱਖਿਆ ਬਈ ਇਹਦਾ? 20000 ਮੇਲ ਦਾ ਜੀ, 15000 ਫੀਮੇਲ ਦਾ। ਠੀਕ ਹੈ। ਮੌਕੇ ਤੇ ਕੋਈ ਘਾਟ ਵਾਧ ਹੋ ਜੀ? ਹੋ ਜੂਗਾ ਮਾਨਦਾਰ ਮਣਾ ਬੋਟਾ 1000 ਗਣ ਦਾ। ਠੀਕ ਹੈ। ਮੰਨ ਕੇ ਚਲੋ ਕੱਲ ਨੂੰ ਕੋਈ ਬੰਦਾ ਵੀਡੀਓ ਵੇਖ ਕੇ ਕਹਿੰਦਾ ਯਾਰ ਬਾਈ ਤੁਹਾਡੀ ਵੀਡੀਓ ਵੇਖੀ ਸੀ, ਮਾਨ ਤਾਨ ਬੰਦੇ ਦਾ ਅਗਲੇ ਦਾ ਦੂਰੋਂ ਆਉਂਦਾ, ਕਰਾਂਗੇ ਜਰੂਰ। ਤੇ ਜਾਂ ਕੋਈ ਅਗਲਾ ਐ ਕਹਿੰਦਾ ਯਾਰ ਵੀ ਮੈਨੂੰ ਤਾਂ ਵੈਸੇ ਭੇਜ ਦਿਓ ਇਧਰੋਂ, ਹੋ ਜੂਗੀ ਡਿਲੀਵਰੀ? ਹਾਂ ਕਰ ਦਾਂਗੇ ਡਿਲੀਵਰੀ। ਠੀਕ ਹੈ। ਤੇ ਜਿਹੜੀ ਇਹਨਾਂ ਦੇ ਮਾਪੇ ਦੀ ਜਿਹੜੀ ਫੋਟੋ ਆਪਾਂ ਨੂੰ ਦੇ ਦਿਓ? ਹਾਂ ਮੈਂ ਤੁਹਾਨੂੰ ਦੇ ਦਾਂਗੇ, ਲਾ ਦਿਓ ਜੀ। ਦੋਸਤੋ ਮਾਪੇ ਦੇ ਰਿਕਾਰਡ ਦੇ ਸਮੇਤ ਅਸੀਂ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਾਂਗੇ, ਜਿੰਨੇ ਵੀ ਭਰਾ ਜੁੜਦੇ ਆ ਦਿਲੋਂ ਧੰਨਵਾਦ ਆ। ਕੋਈ ਹੋਰ ਬਾਈ ਕੋਈ ਹੋਰ ਡਿਟੇਲ ਇਹਦੇ ਬਾਰੇ, ਜੇ ਮੰਨ ਲਓ ਕੋਈ ਹੋਰ ਭਰਾ ਕੋਈ ਲੈਣੇ ਚਾਹੁੰਦਾ, ਕਿਹੜੀ ਮਸ਼ਹੂਰ ਲੈਣਾ ਜਾਂ ਕੀ ਸਿਸਟਮ ਮਾੜਾ ਮੈਨੂੰ ਦੱਸੋਗੇ ਇਹਦੀ ਡਿਟੇਲ? ਮਸ਼ਹੂਰ ਲੈਣਾ ਤਾਂ ਬਹੁਤ ਨੇ ਮੇਰੇ, ਪਰ ਹੁਣ ਆਪਣੀ ਆਪਣੀ ਆ, ਬਹੁਤ ਫੀਸ ਲੈ ਕੇ ਛੱਡਦੇ ਆ ਬੱਚੇ, ਬੱਚੇ ਬੱਚੀ ਦੀ ਫੀਸ ਆ 30-30 ਆ, ਚਲੀ ਚਲੀ ਆ। ਬਹੁਤ ਹੈਗੇ ਨੇ ਨਾਮੀ ਕੁੱਤੇ ਨੇ ਜਿਹੜੇ। ਠੀਕ ਹੈ ਬਈ, ਇੱਕ ਗੱਲ ਮੈਨੂੰ ਹੋਰ ਦੱਸੀ, ਮੈਂ ਤੇਰੀ ਗੱਲ ਨੂੰ ਟੋਕਦਾ, ਮੰਨ ਕੇ ਚਲੋ ਕੋਈ ਬੰਦਾ ਹੁਣ ਹੈਗਾ ਤੁਹਾਡੇ ਕੋਲੇ, ਮੇਲ ਹੈਗਾ ਉਹਦੇ ਕੋਲੇ ਫੀਮੇਲ ਆ, ਉਹ ਕਹਿੰਦਾ ਯਾਰ ਵੀ ਮੈਂ ਬਾਈਆਂ ਤੋਂ ਬੱਚੇ ਲੈ ਕੇ ਜਾਂ ਬਾਈਆਂ ਦੇ ਕੁੱਤੇ ਤੋਂ ਕ੍ਰੋਸ ਕਰਵਾ ਲਾਂ, ਛੱਡ ਸਕਦੇ ਆ ਬੱਚਾ ਜੀ? ਹਾਂ ਫੀਸ ਛੱਡਦੇ ਜੀ। ਠੀਕ ਹੈ। ਕੀ ਫੀਸ ਰੱਖੀ? 20000। 20000 ਮੰਨ ਕੇ ਚਲੋ, ਇੱਕ ਗੱਲ ਹੋਰ ਹੋ ਗਈ, ਚਲੋ 20000 ਹੋ ਗਿਆ, ਕੱਲ ਨੂੰ ਅਗਲਾ ਕਹਦੇ ਯਾਰ ਵੀ ਮੇਰੀ ਤਾਂ ਡੌਗ ਆ ਜਿਹੜੀ ਉਹ ਖਾਲੀ ਨਿਕਲ ਗਈ, ਨਹੀਂ ਲੱਗੀ, ਦੁਬਾਰਾ ਕ੍ਰੋਸ ਕਰਾ ਕੇ ਦੇ ਦਿੰਦੇ? ਦੁਬਾਰਾ ਕਰਾ ਦਿਆਂਗੇ ਬਈ। ਬਾਈ ਕਹਿੰਦਾ ਪੂਰੀ ਛੂਟ ਆ, ਪਰ ਇਹਦੀ ਗਰੰਟੀ ਹੋਣੀ ਚਾਹੀਦੀ ਆ, ਕਿਤੇ ਨਾ ਹੋਵੇ ਕੱਲ ਨੂੰ ਤੁਸੀਂ ਕਹਿ ਦਿਓ ਯਾਰ ਵੀ ਸਵਾ ਕੇ ਕਹਿ ਦਿਓ ਯਾਰ ਸਾਡੇ ਤਾਂ ਖਾਲੀ ਨਿਕਲੀ, ਕਿ ਨਹੀਂ ਹੈਨਾ। ਤੇ ਬਾਈਆਂ ਮੰਨੂਗੇ ਪੂਰੇ ਜੈਨੂਅਨ ਕੰਮ ਆ, ਤੁਸੀਂ ਗੱਲਬਾਤ ਬਾਈਆਂ ਦਾ ਨੰਬਰ ਤੇ ਵਿੱਚ ਵੀਡੀਓ ਤੇ ਚੱਲੀ ਜਾਂਦਾ, ਗੱਲਬਾਤ ਕਰ ਸਕਦੇ ਆ। ਜੇ ਤੁਸੀਂ ਬੱਚੇ ਨਹੀਂ ਵੀ ਲੈਣੇ ਤਾਂ ਵੀ ਬਾਈਆਂ ਨਾਲ ਗੱਲਬਾਤ ਕਰੋ, ਨੌਲੇਜਫੁੱਲ ਕੋਈ ਵੀ ਚੀਜ਼ ਦੀ ਨੌਲੇਜ ਲੈਣੀ ਆ, ਹਰੇਕ ਵੀਡੀਓ ਜਿਹੜੀ ਸਾਡੀ ਨੌਲੇਜਫੁੱਲ ਹੁੰਦੀ ਆ ਐਨੀਮਲ ਦੇ ਥਰੂ, ਜਿੰਨੀਆਂ ਵੀ ਵੀਡੀਓ ਪੈਂਦੀਆਂ। ਤੇ ਇੱਕ ਵਾਰੀ ਬੱਚੇ ਬਾਈ ਦਿਖਾ ਦਿਓ ਮਾੜਾ ਜਿਹਾ ਮੈਨੂੰ, ਇਹ ਬੱਚੇ ਵੀ, ਇਹ ਕਿੰਨੇ ਚਿਰ ਦਾ ਹੁਣ? ਇਹ ਸੇਮ ਹੀ ਨਹੀਂ ਵੀਰੇ, ਕਿੰਨੇ ਕਿੰਨੇ? 40 ਦਿਨ ਦੇ ਨੇ। 40 ਦਿਨ ਦੇ ਨੇ? ਹਾਂ। ਇਹ ਹੁਣ 40 ਦਿਨਾਂ ਦੇ ਵੀਰੇ, ਤੇ ਇਹਨਾਂ ਦੀ ਹੁਣ ਕੀ ਖੁਰਾਕ ਦਾ ਕੀ ਹੈ ਇਹਨਾਂ ਦਾ? ਮਾਂ ਦੇ ਦੁੱਧ ਤੋਂ ਇਲਾਵਾ ਕੀ ਦਿੰਦੇ ਆ? ਦੁੱਧ ਦਹੀਂ ਦਿੰਦੇ ਵੀਰੇ। ਦੁੱਧ ਦਹੀਂ? ਹਾਂ। ਕੋਈ ਹੋਰ ਫੀਡ? ਫੀਡ ਕਿਹੜੀ? ਫੀਡ ਪਾਉਂਦੀ ਇਹਨਾਂ ਦੀ ਬੱਚੀ ਪੱਪੀ, ਉਹ ਦਿੰਦੇ ਸਪੈਸ਼ਲ ਆਉਂਦੀ ਹੈ ਜੀ। ਠੀਕ ਹੈ। ਠੀਕ ਹੈ ਬਾਈ। ਤੇ ਇਹ ਕਿੰਨੀ ਕੱਦ ਕੁੱਦ, ਹਾਈਟ ਹੋਈਟ ਕਿੰਨੀ ਕਰ ਜਾਂਦੇ ਆ ਮੈਕਸਿਮਮ ਕੋਈ ਬੱਚਾ ਵੱਡਾ ਹੋ ਜਾਏਗਾ? ਹਾਈਟ ਦਾ ਬਹੁਤ ਕਰਦੇ ਨੇ ਵੀਰੇ, ਇਹ ਆਪਦੀ ਖੁਰਾਕ ਦੇ ਸਿਰ ਤੇ ਸਰਦੇ ਆ, ਜਿੰਨਾ ਬੰਦਾ ਪਾਲੂਗਾ ਖੁਰਾਕ ਦੂਗਾ ਨਹੀਂ। ਠੀਕ ਹੈ। ਇਹ ਸਾਰੇ ਅੱਡੋ ਅੱਡ ਕਲਰ ਚ ਆ ਬਾਈ? ਹਾਂ ਅੱਡ ਅੱਡ ਕਲਰ। ਇਹਨਾਂ ਦੇ ਜ਼ਿਆਦਾ ਜਿਹੜੇ ਜੇ ਆਪਾਂ ਕਹਿ ਦਈਏ ਫੇਮਸ, ਇਹਨਾਂ ਦੀ ਮਾਂ ਮਾਂ ਸੀ ਇਹ ਰੰਗ ਦੀ ਸੀ। ਅੱਛਾ। ਤੇ ਜਿਹੜਾ ਪਿਓ ਆ ਉਹ ਕਰੀਮ ਕਲਰ ਆ ਜੀ। ਠੀਕ ਆ। ਤਾਂ ਕਰਕੇ ਜੀ ਤਾਂ ਅੱਛਾ ਉਹ ਮਾਂ ਤੇ ਜਾਵੜਿਆ? ਹਾਂ ਇਹ ਬਾਪ ਦੇ ਨੇ ਜੀ, ਬਾਪ ਦੇ, ਇਹਨਾਂ ਦਾ ਕਰੀਮ ਕਲਰ ਹੋ ਜਾਣਾ ਜੀ। ਠੀਕ ਆ। ਇਹ ਰੰਗ ਬਦਲਣਗੇ? ਰੰਗ ਬਦਲਣਗੇ ਜੀ। ਠੀਕ ਆ। ਠੀਕ ਆ। ਕਿੰਨੇ ਬੱਚੇ ਆ ਬਈ ਇਹ? ਪੰਜ ਆ ਜੀ। ਤੇ ਜੇ ਪੰਜਾਂ ਦਾ ਆਪਾਂ ਰੇਟ ਕਰੀਏ, ਪੰਜੇ ਕਿਹਨੇ ਲੈਣੇ ਹੁਣ? ਭਰਾ ਨੇ ਦੇਖਣਾ ਵੀਡੀਓ ਦੇ ਦਾਂਗੇ, ਕੋਈ ਗੱਲ ਨਹੀਂ, ਜੇ ਥੋੜੀ ਵੀਡੀਓ ਦੇਖ ਕੇ ਆਊਗਾ ਕਰ ਦਾਂਗੇ ਮਾਨ ਦਾ। ਠੀਕ ਆ। ਮਾੜਾ ਨੰਬਰ ਬੋਲ ਦਿਓ ਸਰ।
98153 जी, हां जी 47988। ठीक है, एक बार फिर बोल दो 98153 47988 जी। सो दोस्तों जिन्ने भी भरावां नूं पसंद आउंदी आ बच्चे ते तुसीं बाई नाल संपर्क करके रेट बारे गलबात बाई नाल कर सकदे आ। जिन्ने भी वीरां ने वीडियो वेखी दिवां, धन्नवाद। मिलदे आ नवीं नवीं वीडियो दे नाल।